ਪੰਜਾਬ ਨਿਊਜ਼ ਖਬਰਾਂ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਦਰਗਾਹ ਪੀਰ ਗਰੀਬ ਨਿਵਾਜ਼ ਕੁਤਬ ਸ਼ਾਹ ਵਲੀ ਕਾਦਰੀ ਜੀ ਧਾਰਮਿਕ ਚੈਰੀਟੇਬਲ ਸੁਸਾਇਟੀ ਕਪੂਰ ਪਿੰਡ ਵੱਲੋਂ ਸਾਲਾਨਾ 2 ਰੋਜ਼ਾ ਉਰਸ ਮੁੱਖ ਸੇਵਾਦਾਰ ਫਰਿੰਦਰ ਸਿੰਘ ਕਾਕਾ ਕੋਠੀਵਾਲਾ ਜੀ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਚਾਦਰ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉੱਥੇ ਸੂਫੀ ਗਾਇਕ ਕਨਵਰ ਗਰੇਵਾਲ, ਫਿਰੋਜ਼ ਖਾਨ ਅਤੇ ਰਾਂਝਲ ਅਲੀ ਨੇ ਆਈਆਂ ਸੰਗਤਾਂ ਨੂੰ ਆਪਣੀ ਗਾਇਕੀ ਨਾਲ ਬਾਬਾ ਜੀ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਕੁਮਾਰ, ਅਮਰਜੀਤ ਕੁਮਾਰ ਸੈਕਟਰੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਕੈਮਰਾਮੈਨ ਪਰਮਜੀਤ ਸਿੰਘ ਨਾਲ ਵਿਜੇ ਕੁਮਾਰ ਦੀ ਰਿਪੋਰਟ। ਦਰਗਾਹ ਪੀਰ ਗਰੀਬ ਨਿਵਾਜ਼ ਕੁਤਬ ਸ਼ਾਹ ਵਲੀ ਕਾਦਰੀ ਕਪੂਰ ਪਿੰਡ ਬੋਲ ਰਹੇ ਹਾਂ। ਸਾਡੀ ਦਰਗਾਹ 'ਤੇ ਤੀਸਰਾ ਸਾਲਾਨਾ ਜੋੜ ਮੇਲਾ ਜੋ ਹੈ ਉਹ 9 ਅਤੇ 10 ਦਸੰਬਰ ਦਿਨ ਬੁੱਧਵਾਰ ਅਤੇ ਵੀਰਵਾਰ ਮਨਾਇਆ ਗਿਆ ਹੈ, ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਯੋਗਦਾਨ ਪਾਇਆ ਅਤੇ ਆ ਕਰਕੇ ਮੇਲੇ ਦੀ ਰੌਣਕ ਨੂੰ ਵਧਾਇਆ। ਇਸ ਮੇਲੇ ਦੇ ਵਿੱਚ ਸਾਡੀ ਗ੍ਰਾਮ ਪੰਚਾਇਤ ਕਪੂਰ ਪਿੰਡ ਦੀ ਔਰ ਨੰਬਰਦਾਰ ਸਾਹਿਬ, ਸਾਰੀਆਂ ਹੀ ਧਾਰਮਿਕ ਸੁਸਾਇਟੀਆਂ ਜੋ ਹਨ ਉਹਨਾਂ ਦਾ ਸਾਨੂੰ ਵਿਸ਼ੇਸ਼ ਸਹਿਯੋਗ ਮਿਲਿਆ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਹਾਂ ਅਤੇ ਨੌਰਵੇ 'ਚ ਰਹਿਣ ਵਾਲੇ ਹੈਗੇ ਹਾਂ। ਇਹ ਮੇਰੀ ਘਰਵਾਲੀ ਹੈਗੀ ਹੈ ਰਣਜੀਤ ਕੌਰ। ਅਸੀਂ ਇੱਥੇ ਸਾਲਾਨਾ ਮੇਲੇ 'ਤੇ ਆਉਂਦੇ ਹੈਗੇ ਹਾਂ। ਉਹ ਤਾਂ ਆਉਂਦੇ ਹੈਗੇ ਹਾਂ ਕਿਉਂਕਿ ਇੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਆ, ਉਹਨਾਂ ਨੇ ਇੱਕ ਇੰਨਾ ਸੋਹਣਾ ਵੀ ਨਗਰ ਦੇ ਵਿੱਚ ਮਾਹੌਲ ਕੀਤਾ ਹੈਗਾ ਆ, ਇੱਕ ਏਕਤਾ ਦਾ ਮਾਹੌਲ, ਜਿਸ ਊਚ ਨੀਚ ਜਾਤ ਪਾਤ ਸਾਰਾ ਇਹ ਮਟੇ ਕੇ ਅਤੇ ਇਹ ਨਗਰ ਦਾ ਬਹੁਤ ਜ਼ਿਆਦਾ ਫਾਇਦਾ ਦੇ ਰਹੇ ਹੈਗੇ ਆ।